ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਨ ਦਾ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੇਕਰ ਤੁਸੀਂ ਇਟਲੀ ਦੇ ਵਿੱਚ ਘਰ ਲਿਆ ਸੀ ਜਿਹੜੀ ਤੁਹਾਡੀ ਲੋਨ ਦੀ ਕੇਸ ਤੋਂ ਤੁਸੀਂ ਬਰਿਆਵ ਵੀ ਲੈ ਕਰਵਾਈ ਹੋਈ ਸੀ ਕਿ ਲੋਨ ਕੇਸ ਤੋਂ ਵੱਧ ਸਕਦੀ ਹੈ ਘੱਟ ਸਕਦੀ ਹੈ ਇਹ ਜਿਹੜੀ ਕੇਸ ਤੋਂ ਇੱਕ ਵਾਰ ਫਿਰ ਵੱਧ ਸਕਦੀ ਹੈ 15 ਜੂਨ ਨੂੰ 20 ਚੀਏ ਜਿਹੜਾ ਬਾਂਗਾ ਚਿੰਤਾਨਾ ਇਰੋਪਿਆ ਇਹਨਾਂ ਨੇ ਇੱਕ ਵਾਰ ਫਿਰ ਰੇਟ ਜਿਹੜਾ ਇੰਟਰਸਟ ਰੇਟ ਵਧਾ ਦੇਣਾ ਸੋਨ ਦੇ ਵਿੱਚ ਇਹ ਆ ਰਿਹਾ ਕਿ 0.25% ਫਿਰ ਵਧਣਾ ਸਿੱਟੇ ਵਜੋਂ ਕੀ ਹੋਣਾ ਜੀ ਸਿੱਟੇ ਵਜੋਂ ਇਹ ਹੋਣਾ ਕਿ ਘੱਟ ਤੋਂ ਘੱਟ ਨਾਰਮਲ ਜਿਹੜੀ ਗੱਲ ਕੀਤੀ ਜਾ ਰਹੀ ਹੈ 200 ਤੋਂ ਲੈ ਕੇ 400 ਏਰੋ ਤੱਕ ਜਿਹੜੀ ਹੈ ਕਿਸ਼ਤ ਵੱਧ ਸਕਦੀ ਹੈ ਡਿਪੈਂਡ ਕਰਦਾ ਤੁਸੀਂ ਆਪਣਾ ਕਿੰਨਾ ਲੋਨ ਕਰਵਾਇਆ ਹੋ ਕਿੰਨੇ ਸਾਲਾਂ ਦਾ ਕਰਵਾਇਆ ਨਾਰਮਲੀ 20 ਤੋਂ 20-25 ਸਾਲ ਦੀ ਜੇ ਅਸੀਂ ਗੱਲਬਾਤ ਕਰਦੇ ਹਾਂ 2-250 ਨੂੰ ਕਿਸ਼ਤ ਵੱਧ ਜਾਣੀ ਹੈ 60% ਤੁਹਾਡੇ ਜਿਹੜੇ ਕਿਸ਼ਤ ਵਧਣ ਦੇ ਚਾਂਸ ਹੈਗੇ ਆ ਇਹ ਜਿਹੜੀ ਚੀਜ਼ ਆ ਫਾਸਲੇ ਪੁੰਨ ਤੋਂ ਇਟ ਦੇ ਹਿਸਾਬ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿ 2 ਜੂਨ 2023 ਦੇ ਵਿੱਚ 4.67% ਤੱਕ ਜਿਹੜਾ ਇੰਟਰਸਟ ਰੇਟ ਹੋ ਚੁੱਕਾ ਹੈ ਜਿਹਦੇ ਨਾਲ ਮੂਹ ਤੋਂ 713 ਤੱਕ ਜਾ ਰਿਹਾ ਤੇ ਜੇ ਅਸੀਂ 713 ਜਾਂ 731 ਦੀ ਅਸੀਂ ਗੱਲ ਕਰਦੇ ਹਾਂ ਤਾਂ 2022 ਦੇ ਸੰ ਪਿਛਲੇ ਹਿਸਾਬ ਦੇ ਨਾਲ ਤਕਰੀਬਨ 60% ਤੱਕ ਜਿਹੜੀ ਆ ਵਧ ਗਈ ਹੈ ਜੇਕਰ ਕੋਈ ਬੰਦਾ 456 440 ਰੁਪਏ ਦੇ ਰਿਹਾ ਸੀਗਾ ਪਹਿਲਾਂ ਕੇਸ ਤੇ ਹੁਣ ਉਸ ਬੰਦੇ ਦੀ ਜਿਹੜੀ ਕੇਸ ਤੋਂ ਬਾਅਦ 700 ਤੋਂ ਉੱਤੇ ਟੱਪ ਚੁੱਕੀ ਹੈ ਜਾ ਟੱਪ ਜਾਣੀ ਆ ਸਰਕਾਰ ਨੇ ਕਾਨੂੰਨ ਜ਼ਰੂਰ ਪਾਸ ਕੀਤਾ ਜੇਕਰ ਤੁਸੀਂ ਵਰਿਆਵਿਲੇ ਨੂੰ ਲੋਨ ਵਾਲਿਆਂ ਤਾਂ ਤੁਸੀਂ ਆਪਣਾ ਫੀਸੋ ਕਰਵਾ ਸਕਦੇ ਹੋ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਆਪਣੀ ਬੈਂਕ ਦੇ ਨਾਲ ਗੱਲਬਾਤ ਕਰ ਸਕਦੇ ਹੋ ਫੀਸੋ ਕੀਤਾ ਜਾ ਸਕਦਾ ਜੇਕਰ ਤੁਹਾਡੀ ਬੈਂਕ ਨਹੀਂ ਮੰਨਦੀ ਤਾਂ ਫਿਰ ਹੋਰ ਵੀ ਬਹੁਤ ਸਾਰੀਆਂ ਆਪਣੇ ਏਜੰਟ ਹੁੰਦੇ ਆ ਜਿਨ੍ਹਾਂ ਦੇ ਨਾਲ ਗੱਲਬਾਤ ਕਰਕੇ ਤੁਸੀਂ ਆਪਣਾ ਕਰ ਸਕਦੇ ਆ ਇਹ ਜਿਹੜਾ ਕੰਮ ਕਰਵਾ ਸਕਦੇ ਆ ਉਸ ਤੋਂ ਬਾਅਦ ਇਟਲੀ ਇਟਲੀ ਦੀ ਅਪਡੇਟ ਤੋਂ ਬਾਅਦ ਦੇਖਦੇ ਆ ਇੰਡੀਆ ਦੇ ਵਿੱਚ ਇੱਕ ਬਹੁਤ ਵੱਡਾ ਤੂਫਾਨ ਆਉਣ ਜਾ ਰਿਹਾ ਜੀ ਇੰਡੀਆ ਤੇ ਪਾਕਿਸਤਾਨ ਦੇ ਇਲਾਕੇ ਦੇ ਵਿੱਚ ਇੱਕ ਤੂਫਾਨ ਆਉਣ ਜਾ ਰਿਹਾ ਜਿਸ ਦੇ ਕਾਰਨ ਇੰਡੀਆ ਦੇ ਵਿੱਚ 47000 ਅਤੇ ਪਾਕਿਸਤਾਨ ਦੇ ਵਿੱਚ 62000 ਬੰਦਿਆਂ ਨੂੰ ਏਵਾਕੂਏਟ ਕਰ ਦਿੱਤਾ ਗਿਆ ਇਸ ਤੂਫਾਨ ਤੂਫਾਨ ਦਾ ਇਸ ਦਾ ਨਾਮ ਵਿਪਾਰਜੋਏ ਰੱਖਿਆ ਗਿਆ ਜੋ ਇਸ ਟਾਈਮ ਗੁਜਰਾਤ ਦੇ ਵਿੱਚ ਆਏਗਾ ਤਾਂ ਉੱਥੇ ਜਿਹੜੇ ਸਮੁੰਦਰ ਕੰਢੇ ਨੇ ਉਹਨਾਂ ਦੇ ਨੇੜੇ ਤੇੜੇ ਜਿੰਨੇ ਵੀ ਲੋਕ ਰਹਿੰਦੇ ਨੇ ਸ਼ਹਿਰ ਨੇ ਸਾਰਿਆਂ ਨੂੰ ਖਾਲੀ ਕਰਵਾ ਦਿੱਤਾ ਹੈ ਇਹ ਕਾਰਨ ਹੈ ਕਿ ਬਹੁਤ ਹੀ ਜ਼ਿਆਦਾ ਇਸ ਦੇ ਨਾਲ ਨੁਕਸਾਨ ਜਿਹੜਾ ਹੋ ਸਕਦਾ ਉਸ ਤੋਂ ਬਾਅਦ ਇੱਕ ਹੋਰ ਅਪਡੇਟ ਵੀ 에어ਪੋਰਟ ਜਿਹੜਾ ਪੀਜ਼ਾ ਦਾ 에어ਪੋਰਟ ਵਾ ਪੀਜ਼ਾ ਦੇ 에어ਪੋਰਟ ਦੇ ਉੱਤੇ ਇੱਕ ਗੱਡੀ ਨੂੰ ਸਸਪੈਂਡ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਤੇ ਜਿਹੜਾ ਗੱਡੀ ਦਾ ਮਾਲਕ ਆ ਉਸ ਨੂੰ 1800 에어로 ਦਾ ਜੁਰਮਾਨਾ ਕੀਤਾ ਗਿਆ ਹੁਣ ਇਹ ਜੋ 1800 에어로 ਦਾ ਜੁਰਮਾਨਾ ਕੀਤਾ ਇਹ ਕਾਰਨ ਇਹ ਆ ਕਿ ਉਹ ਜਿਹੜੀ ਗੱਡੀ ਆ ਪੁਲਿਸ ਵਾਲੇ ਜਿਹੜੇ ਲੋਕਲ ਪੁਲਿਸ ਵਾਲੇ ਆ ਉਹਨਾਂ ਨੇ ਉਹ ਗੱਡੀ ਜਦੋਂ ਫੜੀ ਤੇ ਉਸ ਗੱਡੀ ਦੇ ਵਿੱਚ ਜਿਹੜਾ ਬੰਦਾ ਸੀਗਾ ਲੋਕਾਂ ਨੂੰ 에어ਪੋਰਟ ਤੇ ਲੈ ਕੇ ਜਾਂਦਾ ਜੀ ਨਾਰਮਲੀ ਜਿੱਦਾਂ ਅਸੀਂ ਟੈਕਸੀ ਕਹਿੰਦੇ ਆ ਪਰ ਚੱਕਰ ਇਹ ਹੈ ਜੀ ਇਹ ਕਹਿ ਰਹੇ ਨੇ ਕਿ ਉਹ ਜਿਹੜੀ ਟੈਕਸੀ ਰਜਿਸਟਰ ਨਹੀਂ ਸੀ ਇਸ ਤੋਂ ਵੀ ਵੀ ਹੋ ਸਕਦਾ ਸ਼ਾਇਦ ਕਿਸੇ ਨੇ ਜਾਣ ਬੁੱਝ ਕੇ ਇਹੀ ਦੱਸਿਆ ਹੋਵੇ ਕਿ ਫਲਾਨਾ ਬੰਦਾ ਟੈਕਸੀ ਦਾ ਕੰਮ ਕਰਦਾ ਤੇ ਇਸ ਦੇ ਵਿੱਚ ਆਪਣਾ ਇੱਕ ਪਾਕਿਸਤਾਨੀ ਵੀਰ ਆ ਜਿਸ ਦੀ ਗੱਡੀ ਨੂੰ ਰੋਕਿਆ ਗਿਆ ਜਿਸ ਨੂੰ ਜੁਰਮਾਨਾ ਕੀਤਾ ਗਿਆ ਤੇ ਉਹਦੇ ਵਿੱਚ ਚਾਰ ਅਲੱਗ-ਅਲੱਗ ਬੰਦੇ ਸੀਗੇ ਜੋ 에어ਪੋਰਟ ਪੀਜ਼ਾ ਜਿਹੜਿਆ ਸੀਗਾ ਉੱਥੇ ਜਾ ਰਹੇ ਸਨ ਤੇ ਹੁਣ ਗੱਡੀ ਵੀ ਰੋਗ ਲਈ ਗਈ ਤੇ ਜੁਰਮਾਨਾ ਵੀ ਕਰ ਦਿੱਤਾ ਗਿਆ ਜੀ ਅਤੇ ਇਹ ਜੋ ਗੱਡੀ ਦਾ ਮਾਲਕ ਸੀ ਉਹਦੇ ਸਿਰ ਵੀ ਕੇਸ ਕਰ ਦਿੱਤਾ ਗਿਆ ਕਿਉਂਕਿ ਗੱਡੀ ਬੰਦਾ ਕੋਈ ਹੋਲ ਚਲਾ ਚਲਾ ਰਿਹਾ ਸੀਗਾ ਤੇ ਜਿਹੜਾ ਗੱਡੀ ਚਲਾ ਰਿਹਾ ਸੀਗਾ ਉਹਦੇ ਉੱਤੇ ਵੀ 2 ਨੰਬਰ ਦੇ ਵਿੱਚ ਟੈਕਸੀ ਚਲਾਉਣ ਦਾ ਕੇਸ ਹੋ ਗਿਆ ਉਸ ਤੋਂ ਬਾਅਦ ਗੱਲ ਕਰਦੇ ਆਂ ਜੀ ਜੁਰਮਾਨਿਆਂ ਦੀ ਜੁਰਮਾਨਾ ਗੱਡੀ ਜਦੋਂ ਅਸੀਂ ਕਿਤੇ ਗਲਤ ਪਾਸੇ ਲਾ ਦੰਨੇ ਆਂ ਜਾਂ ਅਸੀਂ ਗੱਡੀ ਲਾਲ ਦੇ ਵਿੱਚੋਂ ਕੱਢ ਦੰਨੇ ਆਂ ਘਰਾਂ ਦੇ ਵਿੱਚ ਚਿੱਠੀ ਆਉਂਦੀਆਂ ਸੀ ਜਿਨ੍ਹਾਂ ਨੂੰ ਰੰਗ ਇੱਕ ਵੱਖਰਾ ਜਿਹਾ ਹੁੰਦਾ ਦੇਖ ਕੇ ਹੀ ਪਤਾ ਲੱਗ ਜਾਂਦਾ ਵੀ ਇਹ ਜਿਹੜੀ ਚਿੱਠੀ ਹੈ ਜੁਰਮਾਨੇ ਦੀ ਚਿੱਠੀ ਹੀ ਹੋ ਸਕਦੀ ਹੈ ਹੁਣ ਇਸ ਟਾਈਮ ਇਹ ਦੱਸਿਆ ਜਾ ਰਿਹਾ ਕਿ ਜੁਲਾਈ ਦੇ ਮਹੀਨੇ ਤੋਂ ਵਹਿ ਤਾਂ ਜੂਨ ਤੋਂ ਹੀ ਆਈ ਐਨ ਏ ਡੀ ਇਹ ਨਦਵਾਲੀਆ ਜਿਹੜੀ ਹੈ ਇੰਦੀ ਚੇਨਤ ਸੋ ਨਾਲੇ ਦੇ ਦੋਮੀ ਚੇਲੀ ਡਿਜੀਟਲ ਇਹ ਵੈਬਸਾਈਟ ਜਿਹੜੀ ਸ਼ੁਰੂ ਹੋ ਗਈ ਆ ਇਹਨ ਇਸਦਾ ਨਾਮ ਹ ਜਿੱਥੇ ਜਿੰਨੇ ਵੀ ਇਟਲੀ ਦੇ ਵਿੱਚ ਰਹਿ ਰਹੇ ਨੇ ਸਾਰੇ ਆਨਲਾਈਨ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਆ ਉਹਦੇ ਉੱਤੇ ਆਪਣੀ ਪੈਕ ਬਣਾ ਕੇ ਪੈਕ ਕੀ ਹੁੰਦੀ ਆ ਪੈਕ ਹੁੰਦੀ ਆ ਜੀ ਪੋਸਟਾ ਇਲੈਟਰੋਨਿਕਾ ਸਰਟੀਫਿਕਾਤਾ ਇਲੈਕਟ੍ਰੋਨਿਕ ਜਿਹੜੀ ਆ ਚਿੱਠੀ ਜੋ ਕਿ ਵੈਰੀਫਾਈਡ ਹੁੰਦੀ ਆ ਇਹ ਇੱਕ ਰਕਮੰਦਾਤਾ ਦੇ ਹਿਸਾਬ ਵਾਂਗ ਹੀ ਹੁੰਦੀ ਹੈ ਤੇ ਇੱਥੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰਾ ਸਕਦੇ ਹੋ ਤੇ ਜਿੰਨੇ ਵੀ ਜੁਰਮਾਨੇ ਆਣਗੇ ਜੋ ਵੀ ਪੈਸੇ ਆਣਗੇ ਜੋ ਵੀ ਇਹ ਸਾਰਾ ਕੋਸ਼ ਤੁਹਾਨੂੰ ਇਸ ਆਈਡੀ ਇਸ ਵੈਬਸਾਈਟ ਦੇ ਉੱਤੇ ਹੀ ਮਿਲਣਾ ਤੇ ਸਾਰਾ ਕੁਝ ਤੁਹਾਡੇ ਸਵੇਡਰਾਂ ਹੀ ਆਊਗਾ ਇਸ ਕਰਕੇ ਜੁਰਮਾਨਾ ਜੇਕਰ ਤੁਹਾਨੂੰ ਘਰ ਨਹੀਂ ਆਂਦਾ ਤਾਂ ਇਹ ਜਿਹੜਾ ਜੁਰਮਾਨਾ ਤੁਹਾਨੂੰ ਹੁਣ ਆਨਲਾਈਨ ਮਿਲਿਆ ਕਰਨਾ ਇਸ ਕਰਕੇ ਸਾਵਧਨ ਰਹਿਓ ਜੀ ਇਟਲੀ ਦੀ ਸਰਕਾਰ ਨੇ ਜਿਹੜੇ ਬੰਦੇ ਕੰਮ ਕਰਦੇ ਨੇ ਉਹਨਾਂ ਦੇ ਲਈ 3000 ਯੂਰੋ ਤੱਕ ਦੀ ਲਿਮਿਟ ਕਰ ਦਿੱਤੀ ਹੈ ਜੀ ਫ੍ਰਿੰਜ ਬੈਨੀਫਿਟ ਹੁਣ ਇਹ ਜੋ ਫ੍ਰਿੰਜ ਬੈਨੀਫਿਟ ਕੀ ਹੁੰਦਾ ਜੀ ਫ੍ਰਿੰਜ ਬੈਨੀਫਿਟ ਹੁੰਦਾ ਜੀ ਜਿਸ ਟਾਈਮ ਕਿਸੇ ਕੰਪਨੀ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਤਾਂ ਉਹਦੇ ਵਿੱਚ ਤੁਸੀਂ ਟੈਲੀਫੋਨ ਯੂਜ਼ ਕਰਦੇ ਹੋ ਉਹਦੇ ਵਿੱਚ ਤੁਸੀਂ ਕੰਪਿਊਟਰ ਯੂਜ਼ ਕਰਦੇ ਹੋ ਉੱਥੇ ਦੀ ਉਹਨਾਂ ਦੀ ਗੱਡੀ ਯੂਜ਼ ਕਰਦੇ ਆ ਇਹ ਸਾਰਾ ਯੂਜ਼ ਕਰਨ ਦੇ ਵਿੱਚ ਜਿਹੜਾ ਖਰਚਾ ਹੁੰਦਾ ਉਸ ਨੂੰ ਜਾਂ ਫਿਰ ਸਰਕਾਰ ਉਹ ਕੰਪਨੀ ਜਿਹੜੀ ਆਪਣੇ ਵੱਲੋਂ ਖਰਚਾ ਦਿੰਦੀ ਹੈ ਉਸ ਨੂੰ ਫ੍ਰਿੰਜ ਬੈਨੀਫਿਟ ਕਹਿੰਦੇ ਆ ਤੇ ਇਹ ਜਿਹੜਾ 3000 ਯੂਰੋ ਤੱਕ ਸਰਕਾਰ ਦੇ ਸਾਦੀ ਆ ਜ ਕੰਪਨੀ ਦੇ ਸਾਦੇ ਜਿਐਸ ਦੇ ਉਤੇ ਕਿਸੇ ਵੀ ਤਰ੍ਹਾਂ ਟੈਕਸ ਨਹੀਂ ਲੱਗਣਾ ਤੇ ਇਹ ਸਿਰਫ ਉਹਨਾਂ ਨੂੰ ਮਿਲਣਾ ਹੈ ਪੈਸੇ ਨਹੀਂ ਮਿਲਣੇ ਸਿਰਫ ਤੁਹਾਨੂੰ ਸਰਵਿਸ ਦਿੱਤੀ ਜਾਣੀ ਤੁਹਾਡੀ ਕੰਪਨੀ ਵੱਲੋਂ ਜੋ ਤੁਹਾਨੂੰ ਫਰੀ ਦੇ ਵਿੱਚ ਹੋਊਗੀ ਤੇ ਮਾਲਕਾਂ ਨੂੰ ਵੀ ਪੈਸੇ ਉਹਦੇ ਤੇ ਟੈਕਸ ਨਹੀਂ ਲੱਗਣਾ ਤੇ ਸਿਰਫ ਜਿਨ੍ਹਾਂ ਦੇ ਬੱਚੇ ਨੇ ਉਹਨਾਂ ਨੂੰ ਹੀ ਇਹ ਸਰਵਿਸ ਦਿੱਤੀ ਜਾ ਸਕਦੀ ਹੈ ਉਸ ਤੋਂ ਬਾਅਦ ਸਬੋਧੀਆਂ ਤੋਂ ਇੱਕ ਬਹੁਤ ਤਖੜਾ ਅਪਡੇਟ ਆ ਰਿਹਾ ਜੀ ਸਬੋਧੀਆਂ ਦੇ ਵਿੱਚ ਇੱਕ 58 ਸਾਲ ਦਾ ਬੰਦਾ ਜੋ ਕਿ ਇੱਕ ਹੋਟਲ ਦੇ ਵਿੱਚ ਸੀਗਾ ਤੇ ਉਹਦੇ ਨਾਲ ਪੰਜ ਦੋਸਤ ਹੋਰ ਵੀ ਸਨ ਉਹ ਬੰਦਾ ਆਪਣੇ ਕਮਰੇਜ ਦੇ ਵਿੱਚ ਸਗਾ ਸਾਰੇ ਬੰਦੇ ਅਲੱਗ-ਅਲੱਗ ਆਪਣੇ-ਆਪਣੇ ਕਮਰਿਆਂ ਦੇ ਵਿੱਚ ਸਨ ਜਿਸ ਟਾਈਮ ਉਸ ਆਪਣੇ ਬੰਦੇ ਨੂੰ ਦੇਖਣ ਜਾਂਦੇ ਆ ਦੋਸਤ ਨੂੰ ਦੇਖਣ ਜਾਂਦੇ ਆ ਤਾਂ ਉਸ ਦੀ ਮੌਤ ਹੋਈ ਹੁੰਦੀ ਆ ਹਸਪੀਟਲ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਆ ਪਰ ਉਸ ਨੂੰ ਜਗਾਉਣਾ ਮੁਸ਼ਕਲ ਹੁੰਦਾ ਕਿਉਂਕਿ ਬੰਦਾ ਮਰ ਚੁੱਕਿਆ ਹੁੰਦਾ ਇਸ ਟਾਈਮ ਪਹਿਲੀ ਗੱਲਬਾਤ ਇਹ ਕੀਤੀ ਜਾ ਰਹੀ ਹੈ ਕਿ ਉਸ ਹੋਟਲ ਦੇ ਵਿੱਚ ਸ਼ਾਇਦ ਇੱਕ ਖਤਰਨਾਕ ਮਕੜੀ ਸੀ ਇੱਕ ਜ਼ਹਿਰੀਲੀ ਮਕੜੀ ਜਿਸ ਦੇ ਕੱਟਣ ਦੇ ਕਾਰਨ ਮੌਤ ਹੋ ਗਈ ਇਟਲੀ ਦੇ ਵਿੱਚ ਵੀ ਜ਼ਹਿਰੀਲੀਆਂ ਮਕੜੀਆਂ ਹੈਗੀਆਂ ਨੇ ਜਿਸ ਟਾਈਮ ਤੁਸੀਂ ਕਿਸੇ ਹੋਟਲ ਦੇ ਵਿੱਚ ਜਾਉਂਗੇ ਤਾਂ ਹਮੇਸ਼ਾ ਹੀ ਚੈੱਕ ਜ਼ਰੂਰ ਕਰੋਗੇ ਉਸ ਹੋਟਲ ਦੇ ਵਿੱਚ ਕੋਈ ਜ਼ਹਿਰੀਲੀ ਮਕੜੀ ਨਾ ਹੋਵੇ ਪਰ ਜਿਹੜੀ ਜ਼ਹਿਰੀਲੀ ਮਕੜੀ ਹੁੰਦੀ ਹੈ ਤਾਂ ਪਤਾ ਕਿੱਦਾਂ ਲੱਗਦਾ ਜੋ ਐਕਸਪਰਟਵਾਜੀ ਇਹ ਕਹਿ ਰਹੇ ਨੇ ਕਿ ਜ਼ਹਿਰੀਲੀ ਮਕੜੀ ਦੀਆਂ ਛੇ ਦੀ ਜਗ੍ਹਾ ਅੱਠ ਅੱਖਾਂ ਹੁੰਦੀਆਂ ਨੇ ਤੇ ਜੇਕਰ ਇਹ ਜ਼ਹਿਰੀਲੀ ਮਕੜੀ ਕਿਸੇ ਨੂੰ ਕੱਟ ਲੈਂਦੀ ਹੈ 48 ਤੋਂ 72 ਘੰਟੇ ਜਿਹੜੇ ਡੰਗ ਵੱਜਣ ਤੋਂ ਬਾਅਦ ਬੰਦਾ ਸਪਾਈਡਰਮੈਨ ਤੇ ਨਹੀਂ ਬਣਦਾ ਜਦੋਂ ਡੰਗ ਮਾਰ ਦਿੰਦੀ ਹੈ ਜਾਂ ਮੱਕੜੀ ਕੱਟ ਲੈਂਦੀ ਹੈ 48 ਤੋਂ 72 ਘੰਟਿਆਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਸ ਏਰੀਆ ਦੇ ਵਿੱਚ ਲਾਲਗੀ ਪੈ ਜਾਂਦੀ ਹੈ ਉੱਥੇ ਜਿਹੜਾ ਖਾਜ ਹੋਣ ਲੱਗ ਪੰਦੀ ਹੈ ਉਹ ਸੋਜ ਜਾਂਦਾ ਹੈ ਦਰਦ ਹੋਣ ਲੱਗ ਜਾਂਦਾ ਸਰੀਰ ਕੱਚਾ ਕੱਚਾ ਜਿਹਾ ਹੋਣ ਲੱਗ ਜਾਂਦਾ ਬੰਦੇ ਨੂੰ ਬੁਖਾਰ ਉਲਟੀਆਂ ਦੇ ਸਿੰਪਟਮ ਜਿਹੜੇ ਹੋਣ ਲੱਗ ਜਾਂਦੇ ਜਿੱਦਾਂ ਕਿ ਨਾਰਮਲ ਹੁੰਦਾ ਸਰੀਰ ਦੇ ਵਿੱਚ ਦਰਦ ਛੁਰਾ ਹੋਣ ਲੱਗ ਪੰਦਾ ਜੇਕਰ ਮੱਕੜੀ ਲੜਨ ਤੋਂ ਬਾਅਦ ਇਦਾਂ ਦੇ ਸਿੰਪਟਮ ਆਂਦੇ ਤਾਂ ਉਸੇ ਹੀ ਵੇਲੇ ਡਾਕਟਰ ਦੇ ਕੋਲ ਜਾਓ ਕਿਉਂਕਿ ਹੋ ਸਕਦਾ ਕਿ ਇਹ ਜਿਹੜੀ ਮੱਕੜੀ ਨੇ ਤੁਹਾਡੇ ਦੰਦੀ ਵੱਡੀਆਂ 8 ਅੱਖਾਂ ਵਾਲੀ ਹੋਵੇ ਉਸ ਤੋਂ ਬਾਅਦ ਅਗਲੇ ਅਪਡੇਟ ਵੱਲ ਚੱਲਦੇ ਹਾਂ ਜੇ ਅਗਲਾ ਅਪਡੇਟ ਆ ਰਿਹਾ ਜੀ ਗ੍ਰੀਸ ਤੋਂ ਇਟਲੀ ਗ੍ਰੀਸ ਤੋਂ ਇਟਲੀ ਦੇ ਵਿਚਕਾਰ ਜਿਹੜੀ ਇੱਕ ਕੈਸਤੀ ਆ ਉਸ ਇੱਕ ਕੈਸਤੀ ਹੀ ਜਿਹਦੇ ਵਿੱਚ 600 ਬੰਦੇ ਸੀ ਅਲਾਰਮ ਉੰਦਰ ਵੱਜਿਆ 2015 ਦੀ ਗੱਲ అలਾਰਮ ਫੋਨ ਵੱਜਦਾ ਪਰ ਇਹਨਾਂ ਬੰਦਿਆਂ ਨੂੰ ਪਛਾਣ ਦੇ ਲਈ ਪਹਿਲੀ ਵਾਰ ਕੋਈ ਬਚਾਉਣ ਦੇ ਲਈ ਕੋਈ ਬੰਦਾ ਨਹੀਂ ਪਹੁੰਚਦਾ ਟੋਟਲ 600 ਬੰਦਿਆਂ ਦੇ ਵਿੱਚ 79 ਬੰਦਿਆਂ ਦੀ ਮੌਤ ਹੋਈ ਸੀ ਤੇ ਇਹ ਜਿਹੜਾ ਕੇਸ ਹੁਣ ਤੱਕ ਚੱਲ ਰਿਹਾ ਉਸ ਤੋਂ ਬਾਅਦ ਜਿਹੜੇ ਬੰਦੇ ਆ ਇਟਲੀ ਦੇ ਵਿੱਚ ਆ ਗਏ ਸੀ ਤੇ ਇਹ ਜਿਹੜੀ ਘਟਨਾ ਦੱਸਿਆ ਜਾ ਰਿਹਾ ਕਿ ਸ਼ਾਇਦ ਅੱਜ ਦੇ ਦਿਨ ਹੀ ਵਾਪਰ ਇਸੇ ਜਿਸ ਦੇ ਵਿੱਚ ਜਿਹੜੇ ਬੰਦੇ ਸਨ ਮਰਾਕੋ ਦੇ ਬੰਗਲਾਦੇਸ਼ ਦੇ ਇਹਨਾਂ ਦੇਸ਼ਾਂ ਦੇ ਬੰਦੇ ਸਨ ਤੇ ਇਟਲੀ ਦੇ ਵਿੱਚ ਇੱਕ ਹੋਰ ਕੇਸ ਦੀ ਆਈ ਹੈ ਜੀ ਹਰ ਰੋਜ਼ ਲੰਪੇ ਦੂਜਾ ਦੇ ਵਿੱਚ ਲੰਪੇ ਦੂਜਾ ਦੇ ਵਿੱਚ ਕੋਈ ਨਾ ਕੋਈ ਕੇਸਤੀ ਆ ਰਹੀ ਹੈ ਜਿਹਦੇ ਵਿੱਚ ਜ਼ਿਆਦਾਤਰ ਜਿਹੜੀ ਗਿਣਤੀ ਮੈਜੋਰਟੀ ਹੈ ਉਹਨਾਂ ਅਫਰੀਕਨ ਬੰਦਿਆਂ ਦੇ ਨਾਲੋਂ ਬੰਗਲਾਦੇਸ਼ ਦੇ ਜਿਹੜੇ ਬੰਦੇ ਆ ਉਹਨਾਂ ਦੀ ਜ਼ਿਆਦਾ ਹੁੰਦੀ ਹੈ ਇਟਲੀ ਦੇ ਵਿੱਚ ਫਰਾਸੇਲੀ ਦੀ ਇਟਾਲੀਆ ਦੇ ਜਿਹੜਾ ਪ੍ਰਧਾਨ ਸਿਲਵੀਓ 베ਰਲੋਸਕੋਨ ਜਿਨ੍ਹਾਂ ਦਾ ਹੁਣ ਤੱਕ ਜਿਨ੍ਹਾਂ ਦਾ ਹੁਣ ਦਿਹਾਂਤ ਹੋ ਚੁੱਕਾ ਹੈ ਮੌਤ ਹੋ ਗਈ ਹੈ ਇਟਲੀ ਦੇ ਵਿੱਚ ਪੂਰੀ ਸਰਕਾਰ ਨੇ ਇਸ ਦੁੱਖ ਭਰੀ ਖਬਰ ਤੋਂ ਬਾਅਦ ਕਿਹਾ ਹੈ ਕਿ ਕੋਸ਼ਿਸ਼ ਦਿਨਾਂ ਤੱਕ ਜਿਹੜੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਨਵਾਂ ਫੈਸਲਾ ਇਟਲੀ ਦੇ ਵਿੱਚ ਨਹੀਂ ਲਿਆ ਜਾਊਗਾ ਨਾ ਸੁਣਾਇਆ ਜਾਊਗਾ ਅਤੇ ਇਸ ਦੇ ਲਈ ਇਟਲੀ ਦੇ ਵਿੱਚ ਕਾਫੀ ਵਿਵਾਦ ਆ ਗਿਆ ਕਿਉਂ ਇੱਕ ਪੋਲੀਟੀਕਲ ਬੰਦੇ ਦੀ ਜੇਕਰ ਮੌਤ ਹੁੰਦੀ ਹੈ ਤਾਂ ਇਟਲੀ ਦੇ ਪੂਰੇ ਦੇ ਵਿੱਚ ਇਸ ਤਰ੍ਹਾਂ ਕਿਉਂ ਸਰਕਾਰ ਮੌਨ ਰੱਖ ਰਹੀ ਹੈ ਸਾਰੇ ਆਪਣੇ ਕੰਮ ਕਾਰਜ ਕਿਉਂ ਬੰਦ ਕਰ ਰਹੀ ਹੈ ਲਾਸਟ ਲੇਪ ਡੇਟ ਵੱਲ ਚਲਦੇ ਜੀ ਇਟਲੀ ਦੇ ਵਿੱਚ ਮੌਸਮ ਲਗਾਤਾਰ ਖਰਾਬ ਇਟਲੀ ਦਾ ਐਮੀਲੀਆ ਰੋਮਾਨੀਆ ਇਸ ਏਰੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਮੀਂਹ ਬਾਰਿ ਹੋ ਰਹੀ ਹੈ ਜੀ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਪਾਰਮਾ ਦੇ ਇਲਾਕੇ ਦੇ ਵਿੱਚ ਵੀ ਬਹੁਤ ਤੇਜ਼ ਮੀਂਹ ਪੈ ਰਿਹਾ ਜੇਕਰ ਕੋਈ ਪਾਰਮਾ ਤੋਂ ਆਪਾਂ ਨੂੰ ਸੁਣਦਾ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸੇ ਕਿ ਉਹਨਾਂ ਦੇ ਏਰੀਆ ਦੇ ਵਿੱਚ ਕੀ ਚੱਲ ਰਿਹਾ ਉਸ ਤੋਂ ਬਾਅਦ ਇੱਕ 5 ਸਾਲ ਦੀ ਬੱਚੀ ਜੋ ਹੋਟਲ ਦੇ ਵਿੱਚੋਂ ਗਾਇਬ ਹੋ ਜਾਂਦੀ ਹੈ ਜੋ ਘਰੋਂ ਤੁਰ ਕੇ ਬਾਹਰ ਨਿਕਲੀ ਜੈਸ ਦਾ ਨਾਮ ਕਹਾਤਾ ਹੈ ਕੋਈ ਕੋਈ ਬੰਦਾ ਕਹਿ ਰਿਹਾ ਕਿ ਮੈਂ ਉਸ ਨੂੰ ਦੇਖਿਆ ਜਾਂਦੇ ਨੂੰ ਪਰ ਕਿਸੇ ਨੂੰ ਨਹੀਂ ਪਤਾ ਕਿ ਉਹ ਬੱਚੀ ਕਿੱਥੇ ਗਾਇਬ ਹੋ ਗਿਆ ਉਸ ਦੀ 2-3 ਦਿਨ ਤੋਂ ਖੋਜ ਪੜਤਾਲ ਹੋ ਰਹੀ ਹੈ ਜੀ ਇਮੀਗ੍ਰੇਸ਼ਨ ਦੀ ਜੇ ਅਸੀਂ ਗੱਲ ਕਰੀਏ ਦੇਖੋ ਜੀ ਇਮੀਗ੍ਰੇਸ਼ਨ ਦੇ ਉੱਤੇ ਕੁਝ ਵੀ ਕਹਿਣਾ ਫਿਲਹਾਲ ਮੁਸ਼ਕਲ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਜ਼ਰੂਰ ਸਰਕਾਰ ਕੋਈ ਗੱਲ ਕਰ ਦੇਵੇ ਪਰ ਉਸ ਤੋਂ ਪਹਿਲਾਂ ਕੁਝ ਗੱਲ ਕਰੇ ਮੁਸ਼ਕਲ ਕਿਉਂਕਿ ਸਰਕਾਰ ਕੋਈ ਨਾ ਕੋਈ ਹਿੰਟ ਜ਼ਰੂਰ ਦਿੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਇਹ ਮੀਲੀਆ ਰੋਮਾਨੀਆ ਦੇ ਵਿੱਚ ਕੁਦਰਤੀ ਆਫਤ ਆਉਣ ਤੋਂ ਬਾਅਦ ਸਰਕਾਰ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਅਪਡੇਟ ਨਹੀਂ ਗੱਡਿਆ ਸਿਰਫ ਮੱਤਿਓ ਸਲਵਿਨੀ ਨੇ ਇੱਕ ਅਪਡੇਟ ਜ਼ਰੂਰ ਦਿੱਤਾ ਹੈ ਕਿ ਇਟਲੀ ਦੇ ਵਿੱਚ ਜਿਹੜੇ 2022 ਦੇ ਵਿੱਚ ਬੰਦੇ ਸਨ ਜਿਨ੍ਹਾਂ ਦੀਆਂ ਸਜੋਨਾਂ ਐਕਸਪਾਇਰ ਹੋ ਗਈਆਂ ਉਹਨਾਂ ਸਜੋਨ ਨੂੰ ਵੈਲਿਡ ਕਰ ਦਿੱਤਾ ਜਾਵੇ ਹੁਣ ਇਸ ਕਾਨੂੰਨ ਤੇ ਸਾਈਨ ਹੋ ਗਏ ਨਹੀਂ ਹੋ ਗਏ ਇਹ ਖਬਰ ਬਾਹਰ ਨਹੀਂ ਗੱਡੀ ਜਦੋਂ ਹੀ ਸਾਨੂੰ ਇਹ ਖਬਰ ਮਿਲੂਗੀ ਤਾਂ ਇਹ ਤੁਹਾਡੇ ਨਾਲ ਸ਼ੋ ਸ਼ੋਰ ਆ ਜਿਹੜੀ ਸ਼ੇਅਰ ਆ ਜਿਹੜੀ ਇਹ ਜ਼ਰੂਰ ਕਰਾਂਗੇ ਰੋਮਾ ਦੇ ਵਿੱਚ ਵੀ ਜਿਹੜਾ ਦੇਖੋ ਮੌਸਮ ਬਹੁਤ ਖਰਾਬ ਆ ਦੱਸਿਆ ਜਾ ਰਿਹਾ ਕਿ ਪੂਰਾ ਲਾਤਸਿਓ ਦਾ ਜਿਹੜਾ ਏਰੀਆ ਲਾਤਸਿਓ ਦੇ ਏਰੀਏ ਦੇ ਵਿੱਚ 8000 ਵਾਰ ਬਿਜਲੀ ਲਸਕੀਆ ਇਸ ਸਮ ਸਾਡੀਆਂ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ ਸਿੰਘ ਐਂਡ ਕੌਰ ਆਊਟਫਿਟ ਸਟੋਰ ਜਿਨ੍ਹਾਂ ਦੇ ਕੋਲ ਲੇਡੀਜ਼ ਆਈਟਮਾਂ ਜੈਂਟਸ ਆਈਟਮਾਂ ਕਾਸਟਲੂਕੇ ਦੇ ਵਿੱਚ ਇਹਨਾਂ ਦੀ ਸ਼ਾਪ ਹੈ ਜੀ ਵਿਆ ਰੋਮਾ ਚੈਂਟੋ ਦੇ ਵਿੱਚ ਇਹਨਾਂ ਦੇ ਕੋਲ ਬਹੁਤ ਸਾਰੇ ਨਵੇਂ ਆਈਟਮ ਆ ਗਏ ਨੇ ਵਿਆਹ ਸ਼ਾਦੀਆਂ ਦੇ ਜੈਂਟਸ ਦੇ ਜਿਹੜੇ ਕੋਰਤੇ ਪਜਾਮੇ ਇਹਨਾਂ ਦੇ ਕੋਲ ਪਹੁੰਚ ਗਏ ਨੇ ਆਪਣੇ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ 3317973620 ਟੈਲੀਫੋਨ ਨੰਬਰ ਜਾਂ ਫਿਰ 34745 58794 ਇਹਨਾਂ ਟੈਲੀਫੋਨਾਂ ਦੇ ਉੱਤੇ ਮੈਸੇਜ ਕਰਕੇ ਤੁਸੀਂ ਆਪਣੀ ਜਿਹੜੀ ਬੁਕਿੰਗ ਕਰਵਾ ਸਕਦੇ ਹੋ ਮਿਲਾਂਗੇ ਦੀ ਅਗਲੇ ਅਪਡੇਟ ਦੇ ਵਿੱਚ ਉਹਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੀ ਇਟਾਂ ਦੀਆਂ ਖਬਰਾਂ ਤੋਂ ਹੀ ਕੁਲਵਿੰਦਰ ਸਿੰਘ ਨਾਲ ਜੀ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤਿਹ